ਅਟਾਰੀ ਹਲਕੇ ਦੇ ਅਧੀਨ ਆਉਂਦੇ ਵਡਾਲਾ ਪਿੱਟੇਵੜ ਦੇ ਸੁਖਵਿੰਦਰ ਸਿੰਘ ਵੜੈਚ ਅਤੇ ਉਸਦੇ ਭਰਾਵਾਂ 'ਚ ਚੱਲ ਰਹੇ ਕੇਸ ਦੇ ਸੰਬੰਧ ਵਿੱਚ ਕੋਰਟ ਦੇ ਹੁਕਮਾਂ ਅਨੁਸਾਰ ਨਾਇਬ ਤਹਿਸੀਲਦਾਰ ਰਤਨਜੀਤ ਸਿੰਘ, ਕਾਨੂੰਨ ਗੋ ਰੇਸ਼ਮ ਸਿੰਘ ਨੇ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ। ਇਹਨਾਂ ਅਧਿਕਾਰੀਆਂ ਨੇ ਆਖਿਆ ਕਿ ਉਹ ਇਸ ਬਾਰੇ ਰਿਪੋਰਟ ਅਦਾਲਤ ਨੂੰ ਸੌਂਪਣਗੇ। ਭਰਾ ਹੈਗੇ ਆ, ਕੋਈ ਕੰਮ ਸਿੱਧਾ ਕੀਤਾ ਹੀ ਨਹੀਂ ਇਹਨਾਂ ਨੇ ਅੱਜ ਤੱਕ। ਅੱਛਾ ਜੀ, ਠੀਕ ਆ। ਮੇਰਾ ਕੋਈ ਜਿਹੜਾ ਇਹਨਾਂ ਨੇ ਕੇਸ ਇਹਨਾਂ ਕੀਤਾ ਆ, ਕੇਸ ਇਹਨਾਂ ਕੀਤਾ, ਸਭ ਕੁਛ। ਮੇਰੀ ਆ ਕੋਠੀ ਆ, ਮੈਨੂੰ ਕੋਠੀ ਛੱਡਣ ਵਾਸਤੇ ਇਹਨਾਂ ਨੇ ਮਜਬੂਰ ਕੀਤਾ। ਮੇਰੀ ਮੰਗ ਆ ਜੋ ਪਿਆ ਪਏ ਦੀ ਥਾਂ ਨਿਕਲੇ, ਜੋ ਇਹਨਾਂ ਨੇ ਘਰ ਬਣਾਇਆ ਇਹਨਾਂ ਨੂੰ ਹਰਜਾਨਾ ਕਰਾਓ ਅਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਪਿਆ ਸਟਾਰਟ ਕੀਤਾ ਜਾਵੇ। ਇਸ ਜਗ੍ਹਾ ਦਾ ਸੌਦਾ ਜ਼ਮੀਨ ਦਾ ਮੈਂ ਕੀਤਾ ਸੀ, ਇਹਨਾਂ ਭਰਾਵਾਂ ਨੂੰ ਇੱਥੇ ਲਿਆਉਣ ਵਾਲਾ ਮੈਂ ਹਾਂ। 50,000 ਉਹਨਾਂ ਜ਼ਮਾਨੇ ਮੈਂ ਆਪਣੇ ਸੰਧੂ ਤੋਂ ਲਿਆ ਕੇ ਬਿਆਨਾ ਦੇ ਕੇ ਇਹਨਾਂ ਨੂੰ ਮੈਂ ਨਾਲ ਰਲਾਇਆ। ਜਿਵੇਂ ਕਿ 64 ਪਿੰਡਾਂ ਤੋਂ ਇਨਕੁਆਇਰੀ ਕੀਤੀ ਜਾਵੇ, ਭਾਵੇਂ ਇਹ ਰਾਹ ਜਿੱਥੇ ਹੈਗਾ ਸੀ ਉੱਥੇ ਹੀ ਸੀ, ਮੈਂ ਪਤਾ ਹੀ ਕੋਈ ਨਹੀਂ ਸੀ, ਮੈਂ ਨੌਕਰੀ ਕਰਦਿਆਂ ਆਪਣਾ ਘਰ ਬਣਾਇਆ। ਇੱਥੇ ਜੀ ਮਸਲਾ ਹੈਗਾ, ਮਾਨਯੋਗ ਅਦਾਲਤ ਵੱਲੋਂ ਸਾਡੇ ਨਾਇਬ ਤਹਿਸੀਲਦਾਰ ਸਾਹਿਬ ਦੀ ਲਾਈ ਗਈ ਡਿਊਟੀ ਕਿ ਰਸਤੇ ਦੀ ਇਨਕਰੋਚਮੈਂਟ ਬਾਰੇ, ਅਤੇ ਉਹਦੇ ਸੰਬੰਧੀ ਅਸੀਂ ਸਾਰੀ ਮਿਣਤੀ ਕਰਵਾ ਕੇ ਪੱਕੀ ਬੁਰਜੀ ਤੋਂ ਮੌਕੇ ਤੋਂ ਲਿਆਂਦੀ ਗਈ ਆ, ਉਹਦੇ ਦੋਨੋਂ ਤਰ੍ਹਾਂ ਦੀ ਤਸੱਲੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਰਿਪੋਰਟ ਬਣਾ ਕੇ ਜਿਹੜੀ ਆ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਊਗੀ। ਇਹ ਸਾਨੂੰ ਮਾਨਯੋਗ ਅਦਾਲਤ ਵੱਲੋਂ ਹੁਕਮ ਹੋਇਆ ਦੁਬਾਰਾ ਬੇਨਤੀ ਕਰਨ ਦਾ। ਇਹ ਵਿਵਾਦ ਦੋ ਪਾਰਟੀਆਂ ਨੇ, ਸਰਦਾਰ ਕੁਲਬੀਰ ਸਿੰਘ, ਸੁਖਵਿੰਦਰ ਸਿੰਘ ਜੀ ਉਹਨਾਂ ਦੇ, ਉਹਨਾਂ ਦੋਵਾਂ ਭਰਾਵਾਂ ਦੇ ਵਿੱਚ ਆ ਕਿ ਰਸਤੇ 'ਤੇ ਇਨਕਰੋਚਮੈਂਟ ਹੋਈ ਆ, ਉਹਦਾ ਕੋਰਟ ਕੇਸ ਚੱਲ ਰਿਹਾ, ਫੈਸਲਾ ਮਾਨਯੋਗ ਅਦਾਲਤ ਨੇ ਕਰਨਾ।